प्रधानमंत्री नरेन्द्र मोदें आख दुनिया भारत दे बदे रसूख दा असर है यूक्रेन फसे हजार बदले विद्यार्थियों सुरक्षित मुल्क वापस आननामुमक हो वि विशेष डोरियों राए कल इक् सौ को मते भारतीय की यूक्रेन दे गुआंडी मुल्ख थम मुल्क वापस आया अठ विशेष जहाज पंद्रह सौ को आवा ले आवां ਪੁਲਿਸ ਮਹਾਂਨਿਰਦੇਸ਼ਕ ਉਨ੍ਹਾਂ ਖੇਤਰ ਮੁਕਸ਼ਮੀਏ ਚਾਤੰਕਵਾਦੀ ਗਤੀਵਿਧੀਆਂ ਲਈ ਤਰਲ ਵਿਸਫੋਟਕਿਆਂ ਦਾ ਇਸਤੇਮਾਲ ਪਰਤੀਏ ਸ਼ੁਰੂ ਹੋ ਨਿਦੇਸ਼ੰਕਾ ਸਹਿਯੋਗ ਕਰਦੀ ਹੈ ਤੇ ਜੰਮੂ ਪ੍ਰਾਂਤ ਦੇ 8 ਜ਼ਿਲ੍ਹੇ ਚ ਕੱਲ ਕਰੋਨਾ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਖਬਰਿੰਦੀ ਤਫਸੀਲ ਕੋਲਾ ਪਹਿਲੇ ਇੱਕ ਜ਼ਰੂਰੀ ਸੁਨੇਹਾ ਕਰੋਨਾ ਦੇ ਮਾਮਲੇ ਚ ਉਪਰੋਤ ਲਈ ਕਮੀ ਦਰਜ ਕੀਤੀ ਜਾ ਰਹੀ ਹੈ ਪਰ ਫੀ ਵੀ ਆਸਪਨੇ ਸ਼rotaਾਂ ਕੀ ਅਪੀਲ ਕਰਨਿਆ ਜੋ ਕਰੋਨਾ ਸਾਂ ਬਚਾ ਲੈ ਟੀਕੇ ਲੁਆਨੇ ਦੇ ਅਲਾਵਾ ਹੋਰ ਦੋਏ ਉਪਾਏਂ ਕੀ ਵੀ ਪ੍ਰੋਪਰ ਚਾਲੀ ਰੱਖਣ ਮੂੰਹ ਪਰ ਮਾਸਕ ਪਾਣ ਸਮਾਜੀ ਛਿੰਡੇ ਕੀਤੇ ਦੋ ਗਜ਼ ਦਾ ਸੁਰੱਖਿਅਤ ਛਿੰਡਾ ਇੱਕ ਦੂਏ ਕੋਲ ਬਣਾਈ ਰੱਖਣ ਤੇ ਹੱਥਾਂ ਤੇ ਮੂੰਹੇ ਕੀ ਸਾਫ ਸੁਥਰਾ ਰੱਖਣੇ ਪਰ ਵਿਸ਼ੇਸ਼ ਧਿਆਨ ਦੇਣ ਖਬਰਾਂ ਦੀ ਤਫਸੀਲ ਕਰਨੇ ਵਿਜੇ ਪਾਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਆਖਿਆ ਜੇ ਦੁਨੀਆ ਚ ਪਾਰਤ ਦੇ ਵੱਧਦੇ ਪ੍ਰਭਾਵ ਦੇ ਕਾਰਨ ਗੈ ਯੂਕਰੇਨ ਚ ਫਸੇ ਦੇ ਹਜ਼ਾਰਾਂ ਬੱਦ ਦੇ ਵਿਦਿਆਰਥੀਆਂ ਕੀ ਸੁਰੱਖਿਅਤ ਮੁਲਕ ਵਾਪਸ ਆਨਣਾ ਮੁਮਕਿਨ ਹੋਈ ਸਕਿਆ ਹੈ पुणे च कल सिंबियोसिस यूनिवर्सिटी के स्वर्ण जयंती समारोह प्रधानमंत्री आख्या जे दुनिया के कई बड़े गी भी ईं करने च मुश्किल पेश आवा है यूक्रेन संकट के समय भी देख रहे हैं कि कैसे ऑपरेशन गंगा चलाकर भारत अपने नागरिकों को युद्ध क्षेत्र से सुरक्षित बाहर निकाल रहा दुनिया के बड़े बड़े देशों को ऐसा करने में कई मुसीबतें झेलनी पड़ रही हैं लेकिन ये भारत का बढ़ता हुआ प्रभाव है कि हम हजारों छात्रों को वहां से अपने वतन वापस ला चुके हैं नमें भारत के बधते आत्म विश्वास बारे गल करते हुए मोदी हो भारत दुनिया दें सभी शा अर्थव्यवस्थाएं चा एक है तो दुनिया की त्री सभन शा बड्डी स्टार्टअप अर्थव्यवस्था भी भारत चला करता है ਸਟਾਰਟਅਪ ਇੰਡੀਆ ਸਟੈਂਡਅਪ ਇੰਡੀਆ ਮੇਕ ਇਨ ਇੰਡੀਆ ਤੇ ਆਤਮ ਨਿਰਭਰਤਾ ਰੱਜਨੇ ਮਿਸ਼ਨ ਸੜੀਆਂ ਉੱਚੀਆਂ ਆਸੇ ਤੰਗਿੰਦੇ ਪ੍ਰਤੀਕ ਨ ਉਹਨੇ ਆਖਿਆ ਜੇ ਇਹ ਲੈ ਭਾਰਤ ਦੀਆਂ ਨਵੀਆਂ ਨਵੀਆਂ ਕਾਢਾਂ ਤੇ ਸੁਧਾਰ ਕਾਰਜਕ੍ਰਮ ਦੁਨੀਆ ਭਰ ਹੈਗੀ ਪ੍ਰਭਾਵਿਤ ਕਰਾ ਕਰਦੇ ਨ यूक्रेन ਦੇ ਗੁਆਂਢੀ ਮੁਲਕਾਂ ਤੋਂ 11 ਵਿਸ਼ੇਸ਼ ਡੁਆਰੀਆਂ ਦੇ ਰਾਹੀਂ ਕੱਲ 2100 ਕੁਲਾਮਤੇ ਭਾਰਤੀਆਂ ਨੂੰ ਮੁਲਕ ਵਾਪਸ ਆਂਦਾ ਗਿਆ। ਇਹ ਤੇ ਕੰਨਿਆ ਕੇ 22 ਫਰਵਰੀ ਕੀ ਵਿਸ਼ੇਸ਼ ਡੁਆਰੀਆਂ ਦੇ ਸ਼ੁਰੂ ਹੋਣੇ ਕੋਲ ਲਈ ਕੇ ਅਜੰਤਕਰ 15900 ਕੁਲਾਮਤੇ ਭਾਰਤੀਆਂ ਨੂੰ ਸੁਰੱਖਿਤ ਵਾਪਸ ਆਂਦਾ ਜਾਇ ਚੁਕੇ ਦਾ। ਇਹ ਦਿਸ਼ਾ ਪਹਿਲੇ ਸਿਵਲ ਅਵਾਬਾਜ਼ੀ ਸਰਬੰਧੀ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੀ ਜੇ ਅਤਰੂ 5 ਮਾਰਚ ਤੋੜੀ 66 ਵਿਸ਼ੇਸ਼ ਅਵਾਇਜਾ ਜਿੰਦੇ ਰਾਹੀਂ 13852 ਭਾਰਤੀਆਂ ਦੇ ਮੁਲਕ ਵਾਪਸ ਆਂਦਾ ਜਾਇ ਚੁਕੇ ਦਾ। ਆਪਰੇਸ਼ਨ ਗੰਗਾ ਤਹਿਤ ਅੱਜ ਬੁਡਾਪੇਸਟ ਸੁਸੇਵਾ ਤੇ ਬੁਖਾਰੇਸਟ ਥਮਾ 8 ਵਿਸ਼ੇਸ਼ ਜਾਜ ਜਿੰਦੇ ਆਉਣੇ ਦੀ ਮੇਦ ਹੈ ਜਿੰਦੇ ਰਾਏ ਡੇਢ ਹਜ਼ਾਰ ਕੋਲਾ ਮਤੇ ਲੋਕਾਂ ਦੀ ਭਾਰਤ ਆਨਿਆ ਜਾਗ ਜੰਮੂ ਕਸ਼ਮੀਰ ਚ ਤਕਰੀਬਨ 15 ਬਰੇ ਪ੍ਰੰਤ ਇੱਕ ਵਾਰੀ ਵੀ ਆਤੰਕਵਾਦੀ ਕਾਰਵਾਈਆਂ ਚ ਤਰਲ ਵਿਸਫੋਟਕਾਂ ਦਾ ਇਸਤੇਮਾਲ ਸ਼ੁਰੂ ਹੋਣ ਦੀ ਸ਼ੰਕਾ ਹੈ ਜੰਮੂ ਚ ਅੰਤਰਰਾਸ਼ਟਰੀ ਬੰਨੇ ਪਰ ਪਾਕਿਸਤਾਨ ਵਾਲੀ ਬੱਖੀ ਦਾ ਡਰੋਨ ਰਾਏ ਹਾਲ ਚ ਗਏ ਚਿੱਟੇ ਰੰਗਾ ਦੇ ਤਰਲ ਕੈਮੀਕਲ ਦੀਆਂ ਤਰੇ ਬੋਤਲਾਂ ਇਸ ਪਾਰ ਪੁਜਾਏ ਜਾਣੇ ਦੀ ਜਾਣਕਾਰੀ ਹੈ। ਜਿਵੇਂ ਕਸ਼ਮੀਰ ਪੁਲਸਾ ਦੇ ਡਾਇਰੈਕਟਰ ਜਨਰਲ ਦਿਲਬਖ ਸਿੰਘ ਗੋਰੇ ਹਾਲਚਕਾ ਜੰਮੂ ਚ ਮੀਡੀਆ ਕਰਮੀਆਂ ਕਨੇ ਗੱਲਬਾਤ ਦਰਾਨ ਕਿ ਕੈਮੀਕਲ ਵਿਸਫੋਟ ਕੰਦੇ ਬਰਾਮਦ ਹੋਨੇ ਤੇ ਉਹਨੇ ਕਿ ਫੋਰੈਂਸਿਕ ਲੈਬਾਰਟਰੀ ਚ ਪੇਜ ਜਿੱਤੇ ਜਾਣ ਦੀ ਗੱਲ ਆਖੀ ਹੀ ਇਸ ਤਰਲ ਵਿਸਫੋਟਕ ਸਮਿਆਨ ਕੀ 1-1 ਲੀਟਰ ਦੀਆਂ ਤ੍ਰੈ ਬੋਤਲਾਂ ਚ ਭਰੇ ਆਗੇ ਦਾ ਤੇ ਇਹ ਜੰਦੀ 24 ਫਰਵਰੀ ਕੀ ਪਾਕਿਸਤਾਨ ਦੀ ਤਰਫਾ ਆਇਤੇ ਡਰੋਨ ਪਾਸਿਆ ਇਸ ਪਾਰ ਪਜਾਈਗੇ ਦੀ ਖੇਪ ਦਾ ਹਿੱਸਾ ਖਾ ਜਾਂਚ ਦਰਾਨ ਪੁਲਸਾ ਨੇ ਤ੍ਰਉ ਬੋਤਲਾਂ ਸਨੇ ਕਿਸ਼ ਡੈਟੋਨੇਟਰ ਤੇ ਹੋਰ ਅਸਲਾ ਬਰਾਮਦ ਕੀਤਾ ਖਾ ਇਸ ਖੇਪ ਕੀ ਆਤੰਕਵਾਦੀਆਂ ਦੇ ਇਸਤੇਮਾਲ ਲਈ ਕਸ਼ਮੀਰ ਲੇਤਾ ਜਾਣਾ ਹੈ ਧਿਆਨ ਜੋ ਗਿਆ ਜੇ ਆਤੰਕਵਾਦੀ ਗੁਟੇ ਪਾਸਿਆ 2007 ਚ ਦੱਖਣੀ ਕਸ਼ਮੀਰ ਚ ਤਰਲ ਵਿਸਫੋਟਕਾਂ ਦਾ ਇਸਤੇਮਾਲ ਕੀਤਾ ਗਿਆ ਹੈ ਪਰ ਉਹਦੇ ਪ੍ਰੰਤ ਅੱਜਾ ਤੋੜੀ ਕੁਸਾ ਵੀ ਆਤੰਕਵਾਦੀ ਗੁਟ ਪਾਸਿਆ ਪਰ ਤੀਏ ਤਰਲ ਵਿਸਫੋਟਕਾਂ ਦਾ ਇਸਤੇਮਾਲ ਨਹੀਂ ਕੀਤਾ ਗਿਆ ਸ਼ੇਰੀ ਕਸ਼ਮੀਰ ਖੇਤੀ ਯੂਨੀਵਰਸਿਟੀ ਸਕੋਸਟ ਪਾਸਿਆ ਅਜਤਮ ਆਪਣੇ ਚਠਾਲੇ ਕੈਂਪਸ 'ਚ ਪੰਜ ਦਿਨ ਦੇ ਇੱਕ ਖੇਤੀ ਮੇਲੇ ਦਾ ਸਿਰਸਤ ਕੀਤਾ ਜਾ ਕਰਦਾ ਹੈ ਜਿਹਦਾ ਮਕਸਦ ਕਰਸਾਨੇ ਕੀ ਰਾਈਬਾਈ ਤੇ ਇਹਦੇ ਨਾਲ ਜੁੜੇਦੇ ਹੋਰ ਨੇ ਖੇਤਰੀ ਸੁਧਾਰੇ ਤਬਦੀਲੀਆਂ ਤੇ ਉਪਲਬਧੀਆਂ ਦੇ ਬਾਰੇ 'ਚ ਜਾਗਰੂਕ ਬਣਾਣਾ ਹੈ ਇਸ ਮੇਲੇ 'ਚ ਕੋਈ 25 ਦੇ ਕੋਲ ਕਲਪੰਡਾਲਾ ਆਇਆ ਕਰ ਦਿਨ ਮੇਲੇ ਦਾ ਉਦਘਾਟਨ ਲੈਫਟਨੈਂਟ ਗਵਰਨਰ ਮਨੋਜ ਸਿਡਾਉਂ ਦੇ ਪਾਸਿਆ ਕੀਤਾ ਜਾਗ ਮੇਲੇ 'ਚ ਮਹਿਕਮਾ ਰਾਈਬਾਈ ਦੇ ਅਲਾਵਾ ਬਾਗਵਾਨੀ ਪੱਡ ਪਾਲਨ ਪਸ਼ੂ ਪਾਲਨ ਕਰਸਾਨ ਸਲਾਹਕਾਰ ਬੋਰਡ ਮੱਛੀ ਪਾਲਣ ਕਮਾਨ ਇਲਾਕਾ ਵਿਕਾਸ ਰੇਸ਼ਮ ਵਿਭਾਗ ਤੇ ਹੋਰ ਕਈ ਮਹਿਕਮੇ ਇਸ ਹਾਲਿਆ ਕਰਦੇ ਨੇ ਜਿੰਦੇ ਰਾਹੇ ਕਰਸਾਨੇ ਕੀ ਰਵਾਇਤੀ ਰਾਈਬਾਈ ਦੇ ਅਲਾਵਾ ਸਰਬੰਧਤ ਹੋਰ ਨੇ ਦੂਏ ਕੰਮੇ ਦੇ ਬਾਰੇ ਚ ਵੀ ਜਾਗਰੂਕ ਬਨਾਇਆ ਜਾਗ ਜਿਨੇ ਕੀ ਅਪਣਾਈ ਹੈ ਉਹ ਆਪਣੀ ਆਮਦਨ ਚ ਵਾਧਾ ਤੇ ਜੀਵਨ ਸਤਰ ਚ ਬਿਹਤਰੀਆ ਨਹੀਂ ਸਕਦੇ ਨੇ ਲੇਫਟਨੈਂਟ ਗਵਰਨਰ ਹੁੰਦੇ ਸਲਾਹਕਾਰ ਫਾਰੂਖ ਖਾਨੂ ਨੇ ਸਕੌਸਟ ਸ਼੍ਰੀਨਗਰ ਦੇ ਸ਼ਾਲੀਮਾਰਾਲੇ ਕੈਂਪਸ 'ਚ ਸਤਮੀ ਤਕਨੀਕੀ ਪ੍ਰਦਰਸ਼ਨੀ ਤੇ ਬੀਏ ਦੀ ਵਿਕਰੀ ਸਰਬੰਦੀ ਮੇਲੇ ਦਾ ਉਦਘਾਟਨ ਕੀਤਾ। ਦਾਉਂਤਿਆਣੇ ਦੇ ਇਸ ਮੇਲੇ ਦਾ ਵਿਸ਼ੇਸ਼ਾਅ ਹੈ ਜੈਵਿਕ ਖੇਤੀ। ਉਦਘਾਟਨ ਸਮਾਰੋਧਨ ਬੋਲਦਿਓਈ ਸਲਾਹਕਾਰੋ ਨੇ ਆਖਿਆ ਜੇ ਇਸ ਕਿਸਮ ਦੀਆਂ ਪ੍ਰਦਰਸ਼ਨੀਆਂ, ਕਰਸਾਨੇ ਦੀ ਰਾਈ-ਬਾਈ ਦੀਆਂ ਭਲੀਆਂ ਅੱਜਾ ਕੱਲਾ ਦੀਆਂ ਤਕਨੀਕਾਂ ਬਾਰੇ ਜਾਣਕਾਰ ਬਣਾਉਣੇ 'ਚ ਬੜੀ ਮੱਤਵਪੂਰਨ ਭੂਮਿਕਾ ਅਦਾ ਕਰਦੀਆਂ ਹਨ। ਸਲਾਹ ਕਰੂਣੀਆਂ ਆਖਿਆ ਜੇ ਰਾਈ ਬਾਈ ਕੀ ਉਹਨ ਪੜੀ ਲਿਖੀ ਦੀ ਯੁਵਾ ਪੀੜੀ ਪਾਸ ਹੀ ਅਪਣਾਇਆ ਜਾ ਕਰਤੇ ਤੇ ਇੰਹਾਂ ਕਰੀਏ ਨੌਜਵਾਨ ਨਮੀਏ ਤਕਨੀਕਾਂ ਦੀ ਮਦਦ ਕਰਨੇ ਬਦ ਤੋਂ ਬਦ ਲਾ ਅਸਲ ਕਰਦੀ ਹੋਈ ਔਰ ਨੰਗੀ ਕੰਮ ਰੋਜ਼ਗਾਰ ਦੇ ਮੌਕੇ ਵੀ ਉਪਲਬਧ ਕਰਵਾ ਕਰ ਦੇਣ उसका मेन आशय ये है कि किसानों को जागृति पैदा कर सकें कि किस तरह से हमारी प्राकृतिक खेती को वो अपनाएं और किस तरह से जो मॉडर्न टेक्नोलॉजी आ रही है उसको अपनाएं उसका एक सामंजस्य बनाएं ना कि किसान भाई अपनी जमीन को बचा सकते हैं अपने हेल्थ को बचा सकते हैं जो अन्न पैदा करते हैं उसको कर सकते हैं वातावरण को शुद्ध कर सकते हैं एक खबर तुम आकाशवाणी जम्मू सुनाते हो आजादी का अमृत आकाशवाणी का क्षेत्रीय समाचार एकांश जम्मू जम्मू यूनिवर्सिटी के डिपार्टमेंट ऑफ स्टूडेंट्स वेलफेयर के सहयोग पेश करता है आजादी का अमृत महोत्सव क्विज इंडिया सवाल है। राष्ट्रपिता महात्मा गांधी हुरे आसिया चलाया ग नमक सत्याग्रह जिस दांडी यात्रा या दांडी मार्च भी आखिया जन्द 12 मार्च रोज केड़े सन च शुरू होवाब तुम जवाब इंडिया साडे ईमेल एड्रेस india75quiz@gmail.com जीमेल डॉट कॉमी हो सही जवाब भेजने आए श्रोताएं या त्री पर्ची राय ताल करिए उन्हें करिएतू घोषित किया अपना पूरा पता जरूर लिखो ताजे जेतुएंगी उनके सर्टिफिकेट डाकै करे उन्दे घरें तक सकन। उन बाकी दिये खबरें करने जगमोहन शर्मा ਜੰਮੂ ਕਸ਼ਮੀਰ ਚ ਕਲ ਕਰੋਨਾ ਦੇ ਕੋਲਕੱਤਰੀ ਮਾਮਲੇ ਸਾਹਮਣੇ ਆਏ ਨੇ ਜਿੰਦੇ ਚ 15 ਜੰਮੂ ਪ੍ਰਾਂਤ ਤੇ 16 ਕਸ਼ਮੀਰ ਪ੍ਰਾਂਤ ਦੇ ਬਖਵਾਕੀ ਸੇਥਮਾਨ ਇਹਨਾਂ ਨਵੇਂ ਮਾਮਲੇ ਦੇ ਨਾਲ ਹੀ ਇਹ ਇਸਲਾਕਾ ਦੇ ਅਜੇ ਤੋੜੀ ਸਾਹਮਣੇ ਆਏ ਚੁਕੇ ਦੇ ਮਾਮਲੇ ਦੀ ਕੁੱਲ ਗਿਣਤਰੀ 453245 ਤੱਕ ਪਹੁੰਚ ਗਈ ਹੈ ਇਹਦੇ ਇਲਾਵਾ ਕਲ ਜੰਮੂ ਕਸ਼ਮੀਰ ਚ 54 ਹੋਰ ਕਰੋਨਾ ਕਸਰੀ ਕੀ ਨਰੋਇਓ ਨੇ ਪਰ ਹਸਪਤਾਲ ਨੇ தாம்ਾ ਛੁੱਟੀ ਵੀ ਦੇ ਦਿੱਤੀ ਗਈ ਜਿੰਦੇ ਚ 32 ਜੰਮੂ ਪ੍ਰਾਂਤ ਤੇ 22 ਕਸ਼ਮੀਰ ਪ੍ਰਾਂਤ ਦੇ ਬਖਵਾਕੀ ਸੇਥਮਾਨ ਤੋਈ ਕਰੋਨਾ ਕੋਲਾ ਬਚਾ ਲੈਤੀ ਕੇ ਲਾਨੇ ਦਾ ਕੰਮ ਵੀ ਕੇਂਦਰ ਸ਼ਾਸਿਤ ਪ੍ਰਦੇਸ਼ ਚ ਪੂਰੀ ਚਾਲੀ ਵਰਸਟਾਈਲ ਟੰਕ ਐਸੇ ਚੱਜ ਰਹੀ ਹੈ ਕੱਲ ਜੋ ਮੁਕਸ਼ਮੀਤ 4366 ਲੋਕਾਂ ਕੀ 80 ਕਲਾਇਆ ਗਿਆ ਇਹ ਦੇ ਕੰਨੇ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਚ ਅਜਿੰਤੂੜੀ ਲਾਇ ਜਾ ਚੁਕੇ ਦੇ ਕੋਰੋਨਾ ਦੇ ਕੁੱਲ ਟੀਕੇ ਦੀ ਗਿਣਤੀ 2 ਕਰੋੜ 15 ਲੱਖ 83899 ਹੋਈ ਗਈ ਜੰਮੂ ਪ੍ਰਾਂਤਾ ਦੇ ਅੱਠੇ ਜ਼ਿਲ੍ਹੇ ਚ ਕੱਲ ਕੋਰੋਨਾ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਤੇ ਸ਼ਰਾ ਜੰਮੂ ਤੇ ਕਸ਼ਤਵਾਰ ਜ਼ਿਲ੍ਹੇ ਥਮਾ ਗਏ ਇਹ 15 ਮਾਮਲੇ ਸਾਹਮਣੇ ਆਏ ਨਾ ਕੇਂਦਰ ਸ਼ਾਸਤਰ ਪ੍ਰਦੇਸ਼ ਜੰਮੂ ਕਸ਼ਮੀਰ ਦੇ ਸੁਹੇਲ ਅਹਿਮਦ ਭੱਟ ਨੇ ਭਾਰਤ ਦੀ 올 ਇੰਡੀਆ ਫੁੱਟਬਾਲ ਫੈਡਰੇਸ਼ਨ ਦੀ ਐਰੋਜ਼ ਫੁੱਟਬਾਲ ਟੀਮ ਦੀ ਆਈ ਲੀਗ ਵਿੱਚ ਆਪਣੀ ਥਾਰ ਪੱਕੀ ਕਰ ਲੈਤੀ ਹੈ ਸੁਹੇਲ ਪਹਿਲੇ ਹੀ 17 ਬਰੇ ਕੋਲ ਐਟਲੀ ਉਮਰੀ ਵਾਲੀ ਭਾਰਤ ਦੀ ਰਾਸ਼ਟਰੀ ਟੀਮ ਚ ਸ਼ਾਮਲ ਨੇ ਇਹਦੇ ਸ਼ਾ ਪਹਿਲੇ ਉਹ ਭਾਰਤ ਦੀ ਏਸ਼ੀਆਈ ਫੁੱਟਬਾਲ ਫੈਡਰੇਸ਼ਨ ਦੀ 16 ਬਰੇ ਕੋਲ ਐਟਲੀ ਉਮਰੀ ਦੀ ਟੀਮ ਚ ਵੀ ਸ਼ਾਮਲ ਰਹਿ ਚੁੱਕੇ ਦੇ ਨੇ ਲੈਫਟਨੈਂਟ ਗਵਰਨਰ ਹੁੰਦੇ ਸਲਾਹਕਾਰ ਫਾਰੂਖ ਖਾਨ ਹੋਰੇ ਇਸ ਹੋਣਹਾਰ ਖਿਡਾਰੀ ਦੀ ਮੁਬਾਰਕਬਾਦ ਦਿੱਤੀ ਹੈ ਤੇ ਉਹਦੇ ਭਵਿੱਖ ਲਈ ਸ਼ੁਭਕਾਮਨਾ ਵੀ ਦਿੱਤੀਆਂ ਨੇ ਉਨੇ ਪ੍ਰੋਸਾ ਦਵਾਇਆ ਜੇ ਸਰਕਾਰਾਂ ਸਿਆਖੜਾਰੀਏਂਗੀ ਅਗੜੇ ਬਦਨੇ ਲਈ ਹਰ ਚਾਲੀ ਦਾ ਸਹਿਯੋਗ ਸਮਰਥਨ ਤੇ ਮੋਲ ਉਪਲਬਧ ਕਰਵਾਇਆ ਜਾਂਦਾ ਰੋਗ ਤੇ ਉਹਨੇ ਖੀਰੇ ਚ ਖਾਸ ਖਾਸ ਖਬਰਾਂ ਇੱਕ ਬਾਰੀ ਪਰਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀਉ ਨੇ ਆਖਿਆ ਜੇ ਇਹ ਦੁਨੀਆ ਚ ਭਾਰਤ ਦੇ ਵੱਧ ਦੇ ਪ੍ਰਭਾਵ ਦਾ ਗਿਆ ਅਸਰ ਹੈ ਜੇ ਯੂਕਰੇਨ ਚ ਫਸੇ ਦੇ ਹਜ਼ਾਰਾਂ ਪਤ ਦੇ ਵਿਦਿਆਰਥੀਂ ਕੀ ਸੁਰੱਖਿਤ ਮੁਲਕ ਵਾਪਸ ਆਨਣਾ ਮਮਕਨ ਹੋਈ ਸਕਿਆ ਯਾਰੇ ਵਿਸ਼ੇਸ਼ ਡੁਆਰੀਆਂ ਤੇ ਰਾਏ ਕੱਲ 2100 ਕੋਲਾ ਮਤੇ ਪਾਰਤੀਆਂ ਗਈ ਯੂਕਰੇਨ ਦੇ ਗਵਾਂਡੀ ਮੁਲਕੇ ਤੋਂ ਭਾਰਤ ਵਾਪਸ ਆਨੀਆਂ ਗਿਆ ਅੱਜ 8 ਵਿਸ਼ੇਸ਼ ਜਾਜ 1500 ਕੋਲਾ ਮਤੇ ਪਾਰਤੀਆਂ ਗਈ ਲਈਏ ਪਰਤਵਾ ਕਰ ਦੇਣਾ ਜੰਮੂ ਕਸ਼ਮੀਰ ਪੁਲਸਾ ਦੇ ਡਾਇਰੈਕਟਰ ਜਨਰਲ ਦਿਲਬਾਖ ਸਿੰਘ ਹੋਰਾਂ ਕਿ ਜੇ ਜੰਮੂ ਕਸ਼ਮੀਰ ਚ ਅਤੰਕਵਾਦੀ ਕਾਰਵਾਈਆਂ ਲਈ ਤਰਲ ਵਿਸਫੋਟਕਾਂ ਦਾ ਇਸਤੇਮਾਲ ਪਰਤੀਏ ਸ਼ੁਰੂ ਹੋਣ ਦੀ ਸ਼ੰਕਾ ਸਹਿਯੋਗ ਕਰਦੀ ਹੈ ਤੇ ਜੰਮੂ ਪ੍ਰਾਂਤਾ ਦੇ 8ਵੇਂ ਜ਼ਿਲ੍ਹੇ ਚ ਕੱਲ ਕੋਰੋਨਾ ਵਾਇਰਸ ਦਾ ਇੱਕ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਇਹ ਤੇ ਕਨਿਆਗੈ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੋ ਗਿਆ।